ਅੱਛਾ ਯਾਰ ਅੱਜ ਮੈਂ ਇੱਕ ਵੀਡੀਓ ਬਣਾ ਕੇ ਆਇਆ 12 ਦੇ ਯਾਨੀ ਕਿ ਛੀਜ਼ਾ ਫੋਟਾਲਾ ਬੋਰ ਇੱਕ ਬੰਦੇ ਨੇ ਇਹ ਛੀਜ਼ਾ ਫੋਟਾਲਾ ਬੋਰ ਪਹਿਲੇ ਲਵਾਇਆ ਹਾਲਾਤ ਕੋਸ਼ ਨਾ ਸਾ ਸੀਗੇ ਉਹਨੇ ਬੋਰ ਲਵਾ ਕੇ ਛੱਡ ਦਿੱਤਾ ਕੁਝ ਅਰਸਾ ਟਰੈਕਟਰ ਤੇ ਚਲਾਇਆ ਟਰੈਕਟਰ ਚਲਣ ਤੇ ਬਾਅਦ ਉਹਨੇ ਫਿਰ ਉਹ ਬੋਰ ਬੰਦ ਕਰ ਦਿੱਤਾ ਬਿਲਕੁਲ ਯਾਨੀ ਕਿ ਉਤੋਂ ਮਸ਼ੀਨਰੀ ਵਗੈਰਾ ਦੀ ਪਟੜੀ ਸੀਗੀ ਸਿਰਫ ਐਪ ਵੀ ਵਿੱਚ ਸੀਗੇ ਉਤਾਂ ਜਿਹੜਾ ਉਹ ਪੱਖਾ ਲੱਗਿਆ ਹੁੰਦਾ ਪਾਣੀ ਖਿੱਚਣ ਵਾਲਾ ਉਹ ਵੀ ਉਹਨਾਂ ਨੇ ਪਟ ਲੈ ਸੀਗਾ ਉਤੋਂ ਸ਼ਾਪਰਸ਼ ਉੱਪਰ ਦੇਖ ਕੇ ਉਹਨਾਂ ਨੇ ਬੰਦ ਕਰ ਦਿੱਤਾ ਸੀਗਾ ਲekin ਉਹਨਾਂ ਦੀ ਫੁਰਸਤ ਪਣੀ ਫੁਰਸਤੋਂ ਤੋਂ ਬਾਅਦ ਉਹਨਾਂ ਨੇ ਹੁਣ ਪਲੇਟਾਂ ਦੇ ਲਾਇਆ ਉਹੀ ਬੋਰ ਉੱਥੇ ਪਲੇਟਾਂ ਤੋਂ ਲੋਂ ਤੋਂ ਪਹਿਲੇ ਉਹਨਾਂ ਨੇ ਫੇਰ ਸੈਟ ਕੀਤਾ ਸੈਟ ਕਰਕੇ ਟਰੈਕਟਰ ਦੇ ਉੱਤੇ ਚਲਾਇਆ ਆਪਣੀ ਖੇਤੀਬਾੜੀ ਕਰਦੇ ਸੀ ਖੇਤੀਬਾੜੀ ਕਰਨ ਤੋਂ ਬਾਅਦ ਉਹਨਾਂ ਨੇ ਲਿਆਂਦੀਆਂ ਪਲੇਟਾਂ ਪਲੇਟਾਂ ਉਹਨਾਂ ਨੇ ਲਿਆ ਕੇ ਪਲੇਟਾਂ ਦੇ ਉੱਤੇ ਉਹਨਾਂ ਨੇ ਚਾਲੂ ਕੀਤਾ ਫਿਰ ਉਹਨਾਂ ਨੇ ਉੱਥੇ ਨਾਲ ਖਾੜਾ ਵੀ ਬਣਾਇਆ ਪਹਿਲੇ ਖਾੜਾ ਕੋਈ ਨਹੀਂ ਸੀ ਵੈਸੇ ਹੀ ਵੈਸੇ ਹੈ ਰੇਤ ਇੱਥੇ ਸਾਰਾ ਠੀਕਾ ਟੋਟਲੀ ਉਹਨਾਂ ਨੇ ਇੱਥੇ ਰੇਤੇ ਵਾਲਾ ਖੜਾ ਸੀ ਬਗੈਰ ਖਾੜ ਦੇ ਚਲਾਇ ਰੱਖਿਆ ਵੈਸੇ ਪਾਣੀ ਦੇਖ ਦੇ ਕੇ ਖੜਾ ਪੈ ਗਿਆ ਸੀਗਾ ਹੁਣ ਉਹਨਾਂ ਨੇ ਆ ਵੇਖ ਲਓ ਬੜਾ ਵੀਆਈਪੀ ਖਾੜਾ ਬਣਾਇਆ ਤੁਹਾਡੇ ਸਾਹਮਣੇ ਆ ਦੋਸਤੋ ਮੈਂ ਨਾ ਕਮਾਲ ਆ ਇਹ ਐਸਾ ਜੁਗਾੜ ਉਹਨਾਂ ਨੇ ਬਣਾਇਆ ਨਾਲ ਤਾਂ ਟੂਲ ਆ ਪਲੇਟਾਂ ਤੇ ਜਿਹਦਾ ਖਰਚਾ ਕੋਈ ਨਹੀਂ ਪਹਿਲੇ ਜਿਹੜਾ ਖਰਚਾ ਹੋ ਗਿਆ ਹੋ ਗਿਆ ਤੇ ਹੁਣ ਇਹਨਾਂ ਨੇ ਦੂਸਰਾ ਨਾਲ ਦੇਸੀ ਜੁਗਾੜ ਲਾਇਆ ਕਿ ਖਾਦ ਪਾਉਂਦੀ ਤੁਹਾਨੂੰ ਫਸਲ ਦੇ ਜ਼ਰੂਰਤ ਕੋਈ ਨਹੀਂ ਨਾਲ ਉਹਨਾਂ ਨੇ ਐਸਾ ਜੁਗਾੜ ਬਣਾਇਆ ਤੁਹਾਡੇ ਸਾਹਮਣੇ ਆ ਐਸਾ ਜੁਗਾੜ ਬਣਾਇਆ ਉਹਨਾਂ ਨੇ ਕਿ ਨਾਲ ਆ ਵੇਖ ਲਓ ਖੜਾ ਬਣਾਇਆ ਖਾੜ ਦੇ ਨਾਲ ਹੀ ਪਿਕਚਰ ਨਾਲ ਛੋਟਾ ਖਾੜਾ ਬਣਾਇਆ ਉਹਦੇ ਵਿੱਚ ਉਹਨਾਂ ਨੇ ਸਿੱਟਿਆ ਹੋਇਆ ਕਲਰ ਯਾਨੀ ਕਿ ਰੂੜੀ ਵਗੈਰਾ ਜਾਨਵਰਾਂ ਦੇ ਜਿਹੜੀ ਹੁੰਦੇ ਆ ਕਲਰ ਸਿੱਟਿਆ ਕਲਰ ਸਿੱਟ ਕੇ ਉਹਦੇ ਵਿੱਚ ਦੋ ਦਿਨ ਪਹਿਲੇ ਇੱਕ ਦਿਨ ਪਹਿਲੇ ਪਾਣੀ ਦੇ ਪਾਉਂਦੇ ਨੇ ਪਾਣੀ ਪਾ ਕੇ ਵਿੱਚ ਕਲਰ ਸਿੱਟ ਦਿੰਦੇ ਨੇ ਉਹਨੂੰ ਬਿਲਕੁਲ ਭਰ ਕੇ ਖੜਾ ਕਰ ਦਿੰਦੇ ਨੇ ਔਰ 24 ਘੰਟਿਆਂ ਦੇ ਬਾਅਦ ਬਿਲਕੁਲ ਜਿਹੜਾ ਨਾ ਐਵੇਂ ਨਰਮ ਹੋ ਜਾਂਦਾ ਠੀਕ ਆ ਫਿਰ ਜਿਵੇਂ ਹੀ ਪੋਰਿੰਗ ਚਲਾਉਂਦੇ ਨੇ ਉਹ ਪੈਵ ਦਾ ਇੱਕ ਸਿਸਟਮ ਲਾਇਆ ਉਹਨਾਂ ਨੇ ਦੋਸਤੋ ਆਹ ਦੇਖ ਲੋ ਟੂਲ ਚੱਲ ਰਿਹਾ ਕਿਉਂਕਿ ਹੁਣ 5 ਵਜੇ ਤੇ 10 ਮਿੰਟ ਹੋ ਗਏ ਨੇ ਤਾਂ ਕਰਕੇ ਜਿਹੜਾ ਨਾ ਹੁਣ ਪਾਣੀ ਸਲੋ ਦੇ ਰਿਹਾ ਥੋੜਾ ਦੇ ਰਿਹਾ ਲੇਕਿਨ 2 ਘੰਟੇ ਪਹਿਲੇ ਜੋ ਦੇਖਣਾ ਇਹਨੇ ਫੁੱਲ ਹੋਣਾ ਸੀਗਾ ਹੁਣ ਸ਼ਾਮ ਦਾ ਟਾਈਮ ਆ ਇਸ ਲਈ ਜਿਹੜਾ ਨਾ ਪਾਣੀ ਬਹੁਤ ਕਮ ਆ ਹੁਣ ਤਕਰੀਬਨ ਇਹ ਬੰਦ ਕਰਨ ਲੱਗਿਆ ਆ ਸਾਹਮਣੇ ਖੜਾ ਨੈਕ ਮਮਾ ਸਾਹਿਬ ਜਿਹੜੇ ਇੱਥੋਂ ਦੇ ਨੈਕ ਹੈਗੇ ਨੇ ਉਹ ਅੰਦਰ ਪਾਇ ਪੈ ਨੇ ਜਿਹੜੇ ਪਾਇ ਪੈ ਇਹਨਾਂ ਨੇ ਇੱਥੇ ਲਾ ਕੇ ਇਹਦੇ ਵਿੱਚ ਛੱਡ ਦਿੰਦੇ ਨੇ ਹੁਣ ਇਹ ਕਲਰ ਸੈੱਟ ਰੱਖਿਆ ਵੇਖੋ ਕਲਰ ਸਿੱਟੇ ਰੱਖੇ ਵਿੱਚ ਤੇਜ਼ਾਬ ਵੀ ਪਾਉਣੇ ਹੋ ਹਾਂ ਤੇਜ਼ਾਬ ਹੀ ਪਾਇਆ ਆ ਕਲਰ ਸਿੱਟੇ ਆ ਵੇਖ ਲਓ ਆ ਭਾਈ ਕਰਨ ਤੇਜ਼ਾਬ ਵੀ ਪਾਇਆ 10 ਲੀਟਰ ਤੇਜ਼ਾਬ ਪਾਇਆ 10 ਲੀਟਰ ਤੇਜ਼ਾਬ ਪਾਇਆ ਤੇ ਇਹ ਕਿੰਨੇ ਏਕੜਾਂ ਨੂੰ ਲੋੜਦੇ ਤੁਸੀਂ 5 ਏਕੜਾਂ ਨੂੰ 5 ਏਕੜਾਂ ਨੂੰ ਲੋੜ ਨੇ ਇਹ ਪੂਰਾ ਖੱਡਾ ਹਾਂ ਪੂਰਾ ਖੱਡਾ ਇਹ ਜੀ ਪੂਰਾ ਖੱਡਾ 5 ਏਕੜਾਂ ਨੂੰ ਲੋੜਦੇ ਨੇ ਹੁਣ ਪਾਣੀ ਰੈਡੀ ਹੋ ਤਕਰੀਬਨ ਬੰਦ ਕਰਨ ਲੱਗਿਆ ਪੈਪੇ ਦੇ ਚਲਾ ਕੇ ਅੱਧਾ ਉਹਦੇ ਛੱਡ ਦਿੰਦੇ ਨੇ ਅੱਧਾ ਉਹਦੇ ਛੱਡ ਦਿੰਦੇ ਆ ਵੇਖ ਲਓ ਪੈਪ ਨਾਲ ਲੱਗਿਓਏ ਨੇ ਇਹ ਨਾਲ ਪਾਈਪ ਲੱਗਾ ਹੈ ਵੇਖ ਲੋ ਇੱਥੋਂ ਹੁੰਦਾ ਇੱਥੋਂ ਪਾਈਪ ਲਾ ਕੇ ਉਹਨਾਂ ਨੇ ਇਹਦੇ ਵਿੱਚ ਛੋਟੇ-ਖਾੜੇ ਸਿਰਦੇ ਨੇ ਇੱਥੋਂ ਫਿਰ ਆਹ ਦੇਖ ਲੋ ਆ ਤੁਹਾਡੇ ਸਾਹਮਣੇ ਆਹ ਤਿੰਨ ਪਾਈਪ ਲੱਗੇ ਹੋਏ ਨੇ ਇੱਥੋਂ ਨਿਕਲ ਕੇ ਫਿਰ ਅੱਗੇ ਫਸਲ ਚਲਾ ਦਿੰਦੇ ਨੇ ਉਧਰੋਂ ਵੀ ਪਾਣੀ ਨਿਕਲਦਾ ਰਹਿੰਦਾ ਇਧਰੋਂ ਵੀ ਨਿਕਲਦਾ ਰਹਿੰਦਾ ਤਾਜ਼ੀ ਖਾਦ ਬਣ ਕੇ ਸਿੱਧੀ ਫਸਲ ਦੇ ਵਿੱਚ ਆਹ ਵੇਖ ਲੋ ਪਲੇਟਾਂ ਤੋਂ ਦਿਖਾ ਦਈਏ ਟੋਟਲ ਪਲੇਟਾਂ ਤੁਸੀਂ ਆਪ ਹੀ ਗਿਣਤੀ ਕਰ ਲਿਓ ਕਿਉਂਕਿ ਗਿਣਤੀ ਸਾਨੂੰ ਆਂਦੀ ਕੋਈ ਨਹੀਂ ਗਈ ਅਸੀਂ ਆ ਗਿਆਂ ਚਿੱਟੇ ਅਨਪੜ੍ਹ ਨਹੀਂ ਯਕੀਨ ਹਾਂ ਦਾ ਨਾ ਕਪੜੇ ਪਾਤੀ ਵਾਂਦਾ ਚਿੱਟੇ ਅਜਣੀ ਤੋ ਕੋ ਯਕੀਨ ਕਹਿ ਨਹੀਂ ਚਿੱਟੇ ਹਨ ਪੜ ਸਿੱਧੇ ਖਰੇ ਹਨ ਪੜ ਜੀ ਆ ਵੀਡੀਓ ਵੇਖ ਲੋ ਇਹ ਉਹਨਾਂ ਨੇ ਪੱਕੀ ਨਾਰੀ ਬਣਾਈ ਪਹਿਲੇ ਇਥੇ ਕੱਚਾ ਖਾਲਾ ਸੀਗਾ ਜਿਹੜਾ ਕਿ ਇੱਕ ਵਾਰੀ ਪਾਣੀ ਲੁੱਟ ਜਾਵੇ ਤੇ ਬੰਨਣਾ ਬੜਾ ਔਖਾ ਹੋ ਜਾਂਦਾ ਕਿਉਂਕਿ ਰੇਤਲਾ ਇਲਾਕਾ ਉਹਨਾਂ ਨੇ ਹੁਣ ਉਹ ਤੋੜ ਤੱਕ 2 ਏਕੜ ਤੱਕ ਉਹਨਾਂ ਨੇ ਪੱਕਾ ਖਾਲਾ ਬਣਾਇਆ ਪੱਕਾ ਖਾਲਾ ਬਣਾਉਣ ਤੋਂ ਬਾਅਦ ਫਿਰ ਉਹਨਾਂ ਨਾਲ ਖਾੜਾ ਬਣਾ ਦਿੱਤਾ ਵੇਖ ਲੋ ਸਾਰਾ ਸਿਸਟਮ ਬਣਾਇਆ ਪਲੇਟਾਂ ਨਾਲ ਉਹਨਾਂ ਨੇ ਕੋਠਾ ਵੀ ਬਣਾਇਆ ਸਾਰਾ ਸਮਾਨ ਇਹਦੇ ਵਿੱਚ ਰੱਖਿਆ ਆ ਜਿਹੜੇ ਪਾਈਪ ਵਗੈਰਾ ਆਧਾ ਪਾਈਪ ਲਾ ਕੇ ਇਹਦੇ ਸਿਰੇ ਦਿੰਦੇ ਨੇ ਆਧਾ ਪਾਣੀ ਇਧਰ ਖਾੜੇ ਵਿੱਚੋਂ ਦੀ ਨਾਲੇਦੋਚਾਂ ਦੀ ਬਾਹਰ ਤੇ ਆਧਾ ਇਸ ਕਲਰ ਵਾਲੇ ਦੇਸੀ ਜੁਗਾਰ ਖਾਦ ਵਾਲੇ ਪਾਣੀ ਚ ਹੋ ਕੇ ਆ ਤਿੰਨ ਨਾਲੇਦਾਂ ਦੇ ਵਿੱਚੋਂ ਦੀ ਹੋ ਕੇ ਬਾਹਰ ਗੁਜ਼ਰ ਜਾਂਦਾ ਵਾ ਮੈਂ ਨਾ ਵੀਡੀਓ ਤੁਹਾਨੂੰ ਕਿਵੇਂ ਦੰਗੀ ਆ ਤੇ ਮੈਂ ਨਾ ਜ਼ਬਰਦਸਤ ਇਹਨਾਂ ਨੇ ਸਿਸਟਮ ਬਣਾਇਆ ਤੁਸੀਂ ਵੀ ਬਣਾ ਸਕਦੇ ਹੋ ਜ਼ਮੀਨ ਦੇ ਵਿੱਚ ਅਗਰ ਜਿੱਥੇ ਤੁਸੀਂ ਪਾਣੀ ਲਾਉਣ ਦਾ ਉੱਥੇ ਤੁਸੀਂ ਤਕਰੀਬਨ 5 बाई 5 ஏ 6 बाई 6 ਦਾ ਖੱਡਾ ਖੱਟ ਕੇ 3 ਫੁੱਟ ਜਾਂ 4 ਫੁੱਟ ਠੀਕ ਆ 3 ਫੁੱਟ ਨੀਵਾ ਹੋਵੇ 2 ਫੁੱਟ ਉੱਚਾ ਕਰਕੇ ਉਹਦੇ ਤੁਸੀਂ ਕਲਰ ਸਿਰ ਤੋਂ ਦੋ ਪਾਣੀ ਲਾਉਣਾ ਹੋਵੇ ਪਾਣੀ ਲਾਉਣ ਤੋਂ ਇੱਕ ਦਿਨ ਪਹਿਲੇ ਉਹਦੇ ਚ ਤੁਸੀਂ ਜਿਹੜਾ ਕਲਰ ਸਿਰ ਦੋ ਜਿਹਦੇ ਤੁਸੀਂ ਪਾਣੀ ਇੱਕ ਵਾਰੀ ਲਾਇਆ ਉਹਦੇ ਪਾਣੀ ਖੜਾ ਭਰ ਕੇ ਰੱਖ ਦੋ ਉਹਦੇ ਚ ਫਿਰ ਜਦੋਂ ਦੂਸਰੀ ਦਫਾ ਪਾਣੀ ਲਾਉਣਾ ਤੁਸੀਂ ਇੱਕ ਹਫਤਾ ਯਾਨੀ ਕਿ ਇੱਕ ਦਿਨ ਪਹਿਲੇ ਉਹਦੇ ਤੁਸੀਂ ਕਲਰ ਸਿਰ ਦੋ ਕਲਰ ਬਿਲਕੁਲ ਖਾਦ ਬਣ ਜਾਏਗੀ ਜਦੋਂ ਤੁਸੀਂ ਦੂਸਰੀ ਦਫਾ ਪਾਣੀ ਲਾਉਂਗੇ ਉਹ ਖਾਲ ਦੇ ਵਿੱਚੋਂ ਦੀ ਉਸ ਖੱਡੇ ਦੇ ਵਿੱਚੋਂ ਦੀ ਗੁਜ਼ਾਰੋ ਤੇ ਅਗਲਾ ਜਿਹੜਾ ਪਾਣੀ ਤੁਹਾਰਾ ਸਿੱਧਾ ਫਸਲ ਆ ਘੜੇ ਜਾਵੇ ਫਸਲਾ ਲੈ ਕੇ ਜਾਵੇ ਉਹ ਦਸਤੀ ਖਾਦ ਤੁਹਾਡੀ ਤਿਆਰ ਤੁਹਾਨੂੰ ਜੜੀ ਮੋਲ ਲੈ ਕੇ ਖਾਦ ਲੈਣ ਪਾਣ ਦੀ ਜ਼ਰੂਰਤ ਕੋਈ ਨਹੀਂ ਐਸੀ ਇਹੀ ਤੁਸੀਂ ਕਲਰ ਸਿੱਟੋ ਕਲਰ ਸਿੱਟ ਕੇ ਜ਼ਮੀਨ ਦੇ ਵਿੱਚ ਲੋੜ ਦੋ ਇਹੀ ਤੁਹਾਡੀ ਖਾਦ ਆ ਔਰ ਇਹਦੀ ਪੈਦਾਵਾਰ ਵੀ ਮੈਂ ਨਾ ਜ਼ਬਰਦਸਤ ਕਿਸਮ ਦੀ ਹੁੰਦੀ ਆ ਦੋਸਤੋ ਭਾਈਓ ਆਪਕੋ ਮਾਰੀ ਇਹ ਵੀਡੀਓ ਕੈਸੇ ਲਗੀ ਕਮੈਂਟ ਵਿੱਚ ਬਤਾ ਦਿਗੇ ਔਰ ਮਿਲਤੇ ਆ ਦੋਸਤੋ ਨੈਕਸਟ ਵੀਡੀਓ ਮੈਂ ਅਸਲਾਮੁਅਲੈਕ